ਲੁਧਿਆਣਾ ਦੇ ਕਰਤਾਰ ਨਗਰ ਫਾਟਕਾਂ ਕੋਲ ਬ੍ਰੀਜ਼ਾ ਗੱਡੀ 'ਚ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਫੈਲੀ ਸਨਸਨੀ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇੱਕ ਦਿਨ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀਪਿੰਦਰ ਆਪਣੇ ਜੀਜੇ ਦੀ ਹੋਈ ਮੌਤ ਦੇ ਸੰਸਕਾਰ ਵਿੱਚ ਸ਼ਾਮਲ ਹੋਣਾ ਆਇਆ ਸੀ। ਅੱਜ ਜਦ ਦੀਪਿੰਦਰ ਨੂੰ ਬ੍ਰੀਜ਼ਾ ਗੱਡੀ ਵਿੱਚ ਮ੍ਰਿਤਕ ਪਾਇਆ ਗਿਆ ਤਾਂ ਘਰ ਵਿੱਚ ਇੱਕ ਵਾਰ ਫਿਰ ਮਾਤਮ ਦਾ ਮਾਹੌਲ ਛਾ ਗਿਆ। ਮੌਕੇ ਤੇ ਮੌਜੂਦ ਗੁਆਂਢਣ ਬੀਬੀ ਗੁਰਦੀਪ ਕੌਰ ਨੇ ਮੌਜੂਦਾ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹੋਏ ਕਿਹਾ ਕਿ ਅੱਜ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਦੇ ਮੁੱਖ ਦੋਸ਼ੀ ਇਹੀ ਹਨ। ਮ੍ਰਿਤਕ ਦੀਪਿੰਦਰ ਦੀ ਮੌਤ ਬਾਰੇ ASI ਧਰਮਿੰਦਰ ਨੇ ਦੱਸਿਆ ਕਿ ਪੜਤਾਲ ਜਾਰੀ ਹੈ। ਮੌਤ ਦੇ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ। ਬੇਟਾ ਮੈਂ ਗੁਰਦੀਪ ਕੌਰ, ਇਹ ਸਾਡੇ ਬਿਲਕੁਲ ਗੁਆਂਢ 'ਤੇ ਰਹਿੰਦੇ ਹੈਗੇ ਆ। ਇਹ ਮੁੰਡਾ ਵੈਸੇ ਗੁਜਰਾਤ ਦਾ ਹੈਗਾ। ਇਹਦੇ ਕੱਲ੍ਹ ਜੀਜੇ ਦੀ ਡੈਥ ਹੋਈ ਹੈਗੀ ਆ। ਉਸ ਤੋਂ ਬਾਅਦ ਇਹ ਉਹਦੀ ਡੈਥ 'ਤੇ ਆਇਆ। ਕੱਲ੍ਹ ਸੰਸਕਾਰ ਕਰਕੇ ਆਪਣੀ ਗੱਡੀ ਖਾਲੀ ਲੈ ਕੇ ਨਿਕਲਿਆ ਆ। ਔਰ ਇਹਨੇ ਇੱਥੇ ਆ ਕੇ ਕਿਸੇ ਤੋਂ ਵੀ ਨਸ਼ਾ ਲੈ ਕੇ ਅਤੇ ਨਸ਼ੇ ਦੀ ਡੋਜ਼ ਜ਼ਿਆਦਾ ਲੈਣ ਕਰਕੇ ਜਿਹੜੀ ਹੈਗੀ ਆ, ਇਹਦੇ ਮੂੰਹ ਵਿੱਚ ਤੁਸੀਂ ਦੇਖ ਲਓ ਝੱਗ ਆਈ ਹੋਈ ਆ। ਸਾਰੀ ਰਾਤ ਇੱਥੇ ਪਿਆ ਰਿਹਾ। ਕੱਲ੍ਹ ਜਿਹੜੇ ਬੱਚੇ ਦੀ ਡੈਥ ਹੋਈ ਆ, ਉਹਦਾ 6 ਸਾਲਾਂ ਦਾ ਬੱਚਾ ਰਹਿ ਗਿਆ। ਮੇਰੇ ਕੋਲ ਬੇਟਾ ਖੜਾ, ਇਹਦਾ ਭਰਾ ਹੈਗਾ। ਤੁਸੀਂ ਇਹ ਦੇਖੋ ਭਈ, ਸਰਕਾਰ ਕਹਿੰਦੀ ਆ ਅਸੀਂ ਨਸ਼ਿਆਂ 'ਤੇ ਨਾ ਨੱਥ ਪਾ ਰਹੇ ਹਾਂ, ਨਸ਼ੇ ਰੋਕ ਰਹੇ ਹਾਂ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕੈਪਟਨ ਸਾਹਿਬ, ਜਦੋਂ ਤੁਹਾਡੇ ਘਰ ਦਾ ਕੋਈ ਮਰੇਗਾ ਤੁਹਾਨੂੰ ਤਾਂ ਮਹਿਸੂਸ ਹੋਏਗਾ ਭਈ ਨਸ਼ੇ ਵਿਕਦੇ ਪਏ ਆ। ਲੋਕਾਂ ਦੇ ਘਰਾਂ ਨੂੰ ਕਿਵੇਂ ਉਜਾੜਦੇ? ਉਹ ਮਾਂ ਨੂੰ ਦੇਖੋ ਜਿਹੜੀ ਤੜਫਦੀ ਪਈ ਆ, ਉਹ ਜਨਾਨੀ ਨੂੰ ਦੇਖੋ ਜਿਹੜੀ 6 ਸਾਲ ਦਾ ਬੱਚਾ ਲੈ ਕੇ ਘਰ ਪਈ ਹੋਈ ਆ। ਮੈਂ ਹੱਥ ਜੋੜ ਕੇ ਰਿਕੁਐਸਟ ਕਰਦੀ ਹਾਂ ਭਈ, ਇਹ ਨਸ਼ੇ ਮਕਾਓ, ਸਿਆਸਤ ਤੋਂ ਉੱਪਰ ਉੱਠੋ, ਆਪਣੀਆਂ ਕੁਰਸੀਆਂ ਦੀ ਲਾਲਚ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਜਵਾਨੀਆਂ ਬਚਾਓ, ਨਸ਼ੇ ਖਤਮ ਕਰੋ। ਮੈਂ ਨਹੀਂ ਕਹਿੰਦੀ ਕਿਹੜੀ ਪਾਰਟੀ ਦਾ ਕੋਈ ਹੈਗਾ, ਕਿਹੜੀ ਕਿਸੇ ਨਾਲ ਸੰਬੰਧ ਰੱਖਦੇ ਨੇ, ਮੈਂ ਕੁਛ ਨਹੀਂ ਕਹਿੰਦੀ, ਪਰ ਮੈਂ ਕੈਪਟਨ ਸਾਹਿਬ ਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ, ਜੇ ਨਸ਼ੇ ਬੰਦ ਕਰਨੇ ਨੇ ਸਭ ਤੋਂ ਪਹਿਲੇ ਆਪਣੇ ਪੁਲਿਸ ਅਫੀਸਰਾਂ 'ਤੇ ਤੁਹਾਨੂੰ ਲਗਾਮ ਕੱਸਣੀ ਪੈਣੀ ਆ। ਪੁਲਿਸ ਅਫੀਸਰਾਂ ਦਾ ਸ਼ਿਕੰਜਾ ਕੱਸਣਾ ਪੈਣਾ, ਤਾਂ ਤੁਹਾਡੇ ਨਸ਼ੇ ਬੰਦ ਹੋਣਗੇ। ਥਾਣਿਆਂ ਵਿੱਚ ਸ਼ਰੇਆਮ ਨਸ਼ੇ ਵਿਕਦੇ ਹੈਗੇ ਆ, ਥਾਣੇ ਵਾਲੇ ਨਾਲ ਮਿਲੇ ਹੋਏ ਆ। ਜੇ ਕਿਸੇ ਦਾ ਨਾਮ ਕੋਈ ਜਾ ਕੇ ਦੱਸਦਾ, ਉਹ ਕਹਿੰਦੇ ਸਾਨੂੰ ਪਹਿਲੇ ਪ੍ਰੂਫ ਦਿਓ, ਸਾਨੂੰ ਪਹਿਲੇ ਇਹ ਕਰੋ, ਸਾਨੂੰ ਉਹ ਕਰੋ। ਲੋਕ ਤਾਂ ਅੱਜ ਇਹ ਕਹਿੰਦੇ ਹੈਗੇ ਆ, ਜੇ ਅਸੀਂ ਨਸ਼ੇ ਦਾ ਦੱਸਾਂ ਸਾਡਾ ਨਾਮ ਨਾ ਸਾਹਮਣੇ ਆਵੇ। ਨਾਮ ਸਾਹਮਣੇ ਆਉਣ ਦੇ ਬਦਲੇ ਸਾਹਮਣੇ ਦੁਸ਼ਮਣੀਆਂ ਲੋਕਾਂ ਨਾਲ ਪਾਉਂਦੇ ਨੇ, ਪਰ ਇਹ ਨਸ਼ੇ ਨਹੀਂ ਖਤਮ ਕਰ ਰਹੇ ਹੈਗੇ ਆ। ਹੁਣ ਇਹ ਸਾਹਮਣੇ ਖੜੇ ਹੈਗੇ ਨੇ, ਇਹਨਾਂ ਨੇ ਕੀ ਇੱਥੇ ਕਾਰਵਾਈ ਕੀਤੀ ਹੈਗੀ ਆ? ਇਸ ਕਰਕੇ ਮੇਰੀ ਕੋਈ ਰਿਕੁਐਸਟ ਹੈਗੀ ਆ ਤੁਹਾਡੀ, ਇਸ ਚੈਨਲ ਦੇ ਮੈਡਮ ਨਾਲ ਮੈਂ ਕੈਪਟਨ ਸਾਹਿਬ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਭਈ, ਲੋਕਾਂ ਦੀਆਂ ਜਵਾਨੀਆਂ ਬਚਾ ਲਓ, ਲੋਕਾਂ ਦੇ ਬੱਚੇ ਬਚਾ ਲਓ, ਇਹਨਾਂ ਨਸ਼ਿਆਂ ਨੂੰ ਖਤਮ ਕਰਵਾਓ। ਇਹ ਖਾਲੀ ਪਲਾਟ ਹੈਗਾ ਕਰਤਾਰ ਨਗਰ ਦੇ ਵਿੱਚ ਰੇਲਵੇ ਲਾਈਨਾਂ ਦੇ ਨੇੜੇ। ਇੱਥੇ ਆ ਜਿਹੜੀ ਬ੍ਰੀਜ਼ਾ ਗੱਡੀ ਹੈਗੀ ਆ, ਇਹਦੇ ਵਿੱਚ ਇੱਕ 26 ਸਾਲ ਦਾ ਨੌਜਵਾਨ ਹੈ, ਇਹਦੀ ਡੈੱਡ ਬੋਡੀ ਮਿਲੀ ਹੈ। ਇਹਦੀ ਗੱਡੀ ਦੇ ਵਿੱਚ ਸ਼ਰਾਬ ਵਗੈਰਾ ਪਈ ਹੈ, ਪਾਣੀ ਪਿਆ, ਸ਼ਰਾਬ ਗਲਾਸਾਂ 'ਚ ਗਲਾਸ 'ਚ ਪਾਈ ਹੋਈ ਹੈ, ਇਹਦੇ ਡੈੱਡ ਬੋਡੀ ਮਿਲੀ ਆ। ਉਹ ਵੈਰੀਫਾਈ ਕਰ ਰਹੇ ਹਾਂ ਕੀ ਗੱਲਬਾਤ ਹੈ। ਨਹੀਂ, ਉਹਦੇ ਬਾਰੇ ਕੁਛ ਨਹੀਂ ਪਤਾ ਜੀ ਸਾਨੂੰ, ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ, ਇਹਦਾ ਕੌਜ ਆਫ ਡੈਥ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕੀ ਹੈਗਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।